ਸੋ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਵਾਲੇ ਆ ਕਿ ਜਿਹੜੇ ਰੀਲਸ ਬਣਾਉਂਦੇ ਨੇ ਉਹਨਾਂ ਦੀ ਮੰਥਲੀ ਇਨਕਮ ਕਿੰਨੀ ਹੁੰਦੀ ਹੈ ਤੇ ਕਿਵੇਂ ਉਹ ਇੰਸਟਾਗ੍ਰam ਦੇ ਉੱਤੋਂ ਪੈਸੇ ਕਮਾਉਂਦੇ। ਅਸਲ ਦੇ ਵਿੱਚ ਬਹੁਤ ਲੋਕਾਂ ਨੂੰ ਸ਼ਾਇਦ ਵਹਿਮ ਹੋਊਗਾ ਕਿ ਇਹ ਸਿਰਫ ਇੰਟਰਟੇਨਮੈਂਟ ਦੇ ਲਈ ਰੀਲਸ ਬਣਾਉਂਦੇ ਨੇ ਤਾਂ ਜਾਇਹਾ ਬਿਲਕੁਲ ਨਹੀਂਗਾ ਕਿਉਂਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਫ੍ਰੀ ਦੇ ਵਿੱਚ ਕੋਈ ਵੀ ਚੀਜ਼ ਨਹੀਂ ਹੁੰਦੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਇਹ ਪੈਸੇ ਕਮਾਉਂਦੇ ਕਿਵੇਂ ਨੇ ਤੇ ਬਾਅਦ ਦੇ ਵਿੱਚ ਆਪਾਂ ਜਾਣਾਂਗੇ ਕਿ ਇਹਨਾਂ ਦੀ ਮੰਥਲੀ ਇਨਕਮ ਕਿੰਨੀ ਹੈ। ਸੋ ਸਭ ਤੋਂ ਵੱਡਾ ਸੋਰਸ ਜੋ ਇਨਕਮ ਦਾ ਹੈਗਾ ਰੀਲਸ ਵਾਲ ਕੋਈ ਕੰਪਨੀ ਆ ਮਤਲਬ ਗਾਣੀ ਵਾਲੀ ਕੋਈ ਕੰਪਨੀ ਆ ਉਹ ਤੁਹਾਡੇ ਨਾਲ ਕੰਟੈਕਟ ਕਰੂਗੀ ਕਿ ਇਸ ਗਾਣੇ ਦੇ ਉੱਤੇ ਰੀਲਸ ਬਣਾਓ ਜਿਉਂ-ਜਿਉਂ ਹੀ ਤੁਹਾਡੀ ਰੀਲਸ ਵਾਇਰਲ ਹੋ ਗਈ ਉਹ ਗਾਣੇ ਦੀ ਵੀ ਵਾਇਰਲ ਹੋਣ ਦੀ ਸੁਭਾਅ ਮਣਾ ਉਨੀ ਹੀ ਵੱਜ ਜਾਂਦੀ ਆ ਸੋ ਇਹ ਹੀ ਰੀਜ਼ਨ ਹੁੰਦਾ ਕਿ ਕੰਪਨੀਆਂ ਤੁਹਾਡੇ ਨਾਲ ਕੰਟੈਕਟ ਕਰਦੀਆਂ ਨੇ ਕਿ ਗਾਣੇ ਦੇ ਉੱਤੇ ਰੀਲਸ ਬਣਾਓ ਸੋ ਦੂਜਾ ਸਪੌਂਸਰਸ਼ਿਪ ਹੁੰਦੀਆਂ ਨੇ ਕਿਸੇ ਪ੍ਰੋਡਕਟ ਦਾ ਰਿਵਿਊ ਕਰਨਾ ਜਾਂ ਕਿਸੇ ਪੇਜ ਨੂੰ ਪ੍ਰੋਮੋਟ ਕਰਉਣਾ ਕਿਸੇ ਵੈੱਬਸਾਈਟ ਨੂੰ ਪ੍ਰੋਮੋਟ ਕਰਉਣਾ ਸੋ ਇਹਨਾਂ ਤੋਂ ਸਭ ਤੋਂ ਜ਼ਿਆਦਾ ਪੈਸਾ ਜਿਹੜਾ ਆ ਰੀਲਸ ਵਾਲੇ ਕਮਾਉਂਦੇ ਨੇ ਸੋ ਹੁਣ ਜੇ ਗੱਲ ਕਰੀਏ ਇਹਨਾਂ ਦੀ ਮੰਥਲੀ ਇਨਕਮ ਦੀ ਤਾਂ ਜਿੰਨੇ ਵੀ ਵੱਡੇ ਪੇਜ ਨੇ ਜੋ 1 ਮਿਲੀਅਨ ਤੋਂ ਪਾਰ ਜਾ ਚੁੱਕੇ ਨੇ ਜਿਨ੍ਹਾਂ ਦੇ ਫਾਲੋਅਰਸ ਜਾਂ ਥੋੜੇ ਘੱਟ ਨੇ ਉਹਨਾਂ ਦੀ ਮੰਥਲੀ ਇਨਕਮ 40 ਤੋਂ ਲੈ ਕੇ 50 ਹਜ਼ਾਰ ਦੇ ਵਿੱਚ ਹੋ ਸਕਦੀ ਹੈ ਯਾਨੀ ਕਿ ਇੱਕ ਪ੍ਰੋਮੋਸ਼ਨ ਦੇ ਉਹ 40 ਤੋਂ 50000 ਰੁਪਏ ਲੈਂਦੇ ਨੇ ਸੋ ਇੱਕ ਮਹੀਨੇ ਦੇ ਵਿੱਚ ਜੇ ਉਹ ਚਾਰ ਪ੍ਰੋਮੋਸ਼ਨਸ ਵੀ ਕਰਦੇ ਨੇ ਕਿਸੇ ਗਾਣੇ ਦੀਆਂ ਜਾਂ ਪ੍ਰੋਡਕਟ ਦੀਆਂ ਤਾਂ ਨੀਅਰ ਅਬਾਊਟ ਉਹ 1.5 ਤੋਂ 2 ਲੱਖ ਰੁਪਏ ਆਸਾਨੀ ਦੇ ਨਾਲ ਕਮਾ ਸਕਦੇ ਆ ਸੋ ਗੱਲ ਕਰੀਏ ਜੇ ਛੋਟੇ ਪੇਜਾਂ ਦੀ ਜਿਨ੍ਹਾਂ ਦੇ ਫੋਲੋਅਰਸ 10000 ਤੋਂ ਲੈ ਕੇ 1 ਲੱਖ ਦੇ ਵਿੱਚ ਨੇ ਉਹਨਾਂ ਨੂੰ ਵੀ ਪ੍ਰੋਮੋਸ਼ਨਸ ਮਿਲਦੀਆਂ ਨੇ ਹਾਲਾਂਕਿ ਉਹਨਾਂ ਨੂੰ ਪੈਸੇ ਥੋੜੇ ਘੱਟ ਮਿਲਦੇ ਨੇ ਸੋ ਇੱਕ ਪ੍ਰੋਮੋਸ਼ਨ ਦੇ ਲਈ ਉਹ 5 ਤੋਂ ਲੈ ਕੇ 20000 ਤੱਕ ਲੈ ਸਕਦੇ ਨੇ ਸੋ ਇਹ ਸੀਗਾ ਪੂਰਾ ਕੈਲਕੂਲੇਸ਼ਨ ਕਿ ਕਿਵੇਂ ਇੰਸਟਾਗ੍ਰam ਦੇ ਜਿਹੜੇ ਰੀਲਸ ਵਾਲੀ ਨੇ ਉਹ ਪੈਸੇ ਕਮਾਉਂ ਸੋ ਆਈ ਹੋਪ ਕਿ ਤੁਹਾਨੂੰ ਸਮਝ ਲੱਗਿਆ ਹੋਊਗਾ ਸੋ ਵੀਡੀਓ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ